ਸਭ ਚੀ ਚੀ ਕਰਦੀਆਂ ਚਿੜੀਆਂ ਦਾ, ਸਭ ਕਲ ਕਲ ਕਰਦੀਆਂ ਨਦੀਆਂ ਦਾ, ਸਭ ਛਾਂ ਛਾਂ ਕਰਦੇ ਬਿਰਖਾਂ ਦਾ, ਆਪਣਾ ਹੀ ਤਰਾਨਾ ਹੁੰਦਾ ਹੈ। ਪਰ ਸੁਣਿਆ ਹੈ ਇਸ ਧਰਤੀ 'ਤੇ ਇੱਕ ਐਸਾ ਦੇਸ਼ ਵੀ ਹੈ ਜਿਸ ਅੰਦਰ ਬੱਚੇ ਜੇ ਆਪਣੀ ਮਾਂ ਬੋਲੀ ਬੋਲਣ ਤਾਂ ਜੁਰਮਾਨਾ ਹੁੰਦਾ ਹੈ, ਅਤੇ ਹੋਰ ਸਿਤਮ ਕਿ ਮਾਂ ਆਖੇ ਚੱਲ ਕੋਈ ਨਹੀਂ, ਜੇ ਮੇਰੇ ਬੋਲ ਵਿਸਾਰ ਕੇ ਵੀ ਮੇਰੇ ਪੁੱਤ ਨੂੰ ਅਹੁਦਾ ਮਿਲ ਜਾਵੇ ਤਾਂ ਇਹ ਵੀ ਸੌਦਾ ਮਹਿੰਗਾ ਨਹੀਂ। ਅਤੇ ਬਾਪ ਕਹੇ ਚੱਲ ਠੀਕ ਹੀ ਹੈ, ਜੇ ਇੱਥੇ ਇਸ ਸਕੂਲ 'ਚ ਹੀ ਜੁਰਮਾਨਾ ਦੇ ਕੇ ਛੁੱਟ ਜਾਈਏ, ਜੀਵਨ ਜੁਰਮਾਨਾ ਨਾ ਹੋਵੇ। ਉਹ ਦੇਸ਼ ਨਿਕਰਮਾ ਸਾਡਾ ਹੈ, ਉਹ ਧਰਤ ਨਿਮਾਣੀ ਇਹੀ ਹੈ, ਅਤੇ ਉਹ ਪਤਵੰਤੇ ਦਾਨਸ਼ਵਰ, ਉਹ ਨੇਤਾ ਰਹਿਵਰ ਅਤੇ ਸ਼ਾਇਰ ਉਹ ਅਸੀਂ ਹੀ ਹਾਂ, ਜਿਨ੍ਹਾਂ ਦੇ ਹੁੰਦਿਆਂ ਇਹ ਹੋਇਆ ਜਾਂ ਜਿਨ੍ਹਾਂ ਕਰਕੇ ਇਹ ਹੋਇਆ ਕਿ ਭੋਲੇ ਮਾਪਿਆਂ ਦੇ ਦਿਲ 'ਤੇ ਨਿਰਮੋਹੀ ਇਬਾਰਤ ਲਿਖੀ ਗਈ, ਅਤੇ ਹੌਲੀ ਹੌਲੀ ਇਹ ਹੋਇਆ ਮੇਰੀ ਬੋਲੀ ਦੇ ਕਈ ਲਫ਼ਜ਼ ਜਿਵੇਂ ਲੱਜਤ ਜਿਹੇ ਹੋ ਕੇ ਪਹਿਲਾਂ ਤਾਂ ਦਰਵਾਜ਼ਿਓਂ ਬਾਹਰ ਖੜ੍ਹੇ ਰਹੇ, ਫਿਰ ਸੇਜ਼ਲ ਨੈਣ ਨਿਵਾ ਆਪਣੇ, ਨਾ ਜਾਣੇ ਕਿੱਧਰ ਚਲੇ ਗਏ, ਨਾ ਜਾਣੇ ਕਿੱਧਰ ਚਲੇ ਗਏ।